हाँ जी भाई साहब जी, अज बहुजन समाज पार्टी वालों जिहड़ा तुसी ए ओपन कीती है दफ्तर दी, इहदे बारे भी जानकारी दिओ ते इत्थों दे कैंडीडेट कौन ने इहदे बारे भी जानकारी दिओ। मैं जोगा सिंह पनौदिया जी, सैकटरी बहुजन समाज पार्टी पंजाब इंचार्ज पटियाला चो, और बहुजन समाज पार्टी वालों जी 2017 के मिशन ले चोन मैदान के बहुजन समाज पार्टी ने रविंदर जैन जी को उम्मीदवार बनाया जी। अज उन्होंने दफ्तर का उद्घाटन किया गया जी, सारे वर्कर सब समर्थक के सहयोग न जी। सो बहुजन समाज पार्टी 2017 का मिशन मुख रख के पंजाब की किसानी और पंजाब की जवानी को बचाने पब्लिक में जा रही है, क्योंकि हुण तक दीआं सत्ताधारी पार्टियां जां उहनां तों पहलां सरकार बना चुकियां पार्टियां जी, जिन्हां ने पंजाब नूं बचाउण लई पंजाब दे विकास की गल करके ही सत्ता लई, 70 साल बीतण तों बाद जी अज पंजाब दी नौजवानी नशे वल, पंजाब दी किसानी खुद इन्हां दोनों पार्टियां ने तोरी है। बहुजन समाज पार्टी 2017 ਨੂੰ ਮੁੱਖ ਰੱਖ ਕੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦੀ ਹੈ ਕਿ ਵੀ ਅਸੀਂ ਪੰਜਾਬ ਦੀ ਕਿਸਾਨੀ ਔਰ ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ, ਔਰ ਸਾਡੇ ਪੂਰੇ ਪੰਜਾਬ ਦੇ ਵਿੱਚ 117 ਜਾਂ 17 ਸੀਟਾਂ 'ਤੇ ਬਹੁਜਨ ਸਮਾਜ ਪਾਰਟੀ ਇਲੈਕਸ਼ਨ ਲੜ ਰਹੀ ਹੈ, ਉਸ ਦੀ ਲੜੀ ਦੇ ਤਹਿਤ ਹੀ ਰਾਜਪੁਰਾ ਵਿਧਾਨ ਸਭਾ ਤੋਂ ਰਵਿੰਦਰ ਜੈਨ ਜੀ ਉਹ ਮੈਦਾਨ ਵਿੱਚ ਆਏ ਹੈ, ਔਰ ਜਦ ਤੋਂ ਰਵਿੰਦਰ ਜੈਨ ਜੀ ਨੇ ਰਾਜਪੁਰੇ ਵਿੱਚ ਪੈਰ ਰੱਖਿਆ ਜੀ ਤਾਂ ਸਾਰੀਆਂ ਪਾਰਟੀਆਂ ਚਾਹੇ ਉਹ ਸੱਤਾ 'ਤੇ ਨੇ ਚਾਹੇ ਸੱਤਾ 'ਤੇ ਰਹਿ ਚੁੱਕੀਆਂ ਨੇ ਜੀ, ਅੱਜ ਉਹਨਾਂ ਦੇ ਹੋ ਛੁੱਟੇ ਹੋਏ ਆ ਜੀ ਕਿ ਰਵਿੰਦਰ ਜੈਨ ਜੀ ਇੱਕ ਬੇਦਾਗ ਭ੍ਰਿਸ਼ਟਾਚਾਰ ਮੁਕਤ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਦਾਗ ਨਹੀਂ ਅੱਜ ਉਹ ਬਹੁਜਨ ਸਮਾਜ ਪਾਰਟੀ ਨੇ ਮੈਦਾਨ ਵਿੱਚ ਉਤਾਰਿਆ, ਔਰ ਸਾਨੂੰ ਪੂਰੀ ਉਮੀਦ ਹੈ ਸਾਡੀਆਂ ਟੀਮਾਂ ਪਿੰਡਾਂ ਵਿੱਚ ਵੜ ਚੁੱਕੀਆਂ ਨੇ ਕਿ 2017 ਦਾ ਮਿਸ਼ਨ ਅਸੀਂ ਰਾਜਪੁਰਾ ਵਿਧਾਨ ਸਭਾ ਰਵਿੰਦਰ ਜੈਨ ਨੂੰ ਜਿਤਾ ਕੇ ਵਿਧਾਨ ਸਭਾ ਦੀ ਅਸੈਂਬਲੀ 'ਚ ਭੇਜਾਂਗੇ। ਸਾਡੀ ਪੂਰੀ ਤਿਆਰੀ ਹੈ, ਰਵਿੰਦਰ ਜੈਨ ਜੀ ਪੂਰੀ ਤਨਦਹੀ ਦੇ ਨਾਲ ਬਹੁਜਨ ਸਮਾਜ ਪਾਰਟੀ ਰਵਿੰਦਰ ਜੈਨ ਜੀ ਜਿੰਦਾਬਾਦ, ਜੋਗਾ ਸਿੰਘ ਬਣਾਉਂਦਿਆਂ ਜਿੰਦਾਬਾਦ, ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਜਿੰਦਾਬਾਦ ਬਣਾਉਂਦਿਆਂ ਜੀ। ਇਹ ਕਾਗਜ਼ ਜਿਹੜੇ ਭਰਦੇ ਨੇ ਐਸਡੀਐਮ ਸਾਹਿਬ ਕੋਲੋਂ ਨਾਮਜ਼ਦਗੀ ਦੇ ਕਾਗਜ਼ ਕਦੋਂ ਭਰਨ ਜਾ ਰਹੇ ਨੇ? ਇਹ 17 ਤਰੀਕ ਨੂੰ ਰਵਿੰਦਰ ਜੈਨ ਜੀ ਆਪਣੇ ਵਰਕਰਾਂ ਸਮਰਥਕਾਂ ਸਮੇਤ 17 ਤਰੀਕ ਨੂੰ ਕੱਲ੍ਹ ਨੂੰ ਇਹ ਫਾਰਮ ਭਰਨਗੇ। ਤੁਹਾਡੇ ਵੀ ਸਹਿਯੋਗ ਦੀ ਲੋੜ ਹੈ ਕਿ ਤੁਸੀਂ ਵੀ ਜੇ ਸਾਡਾ ਥੋੜ੍ਹਾ ਜਿਹਾ ਸਹਿਯੋਗ ਕਰ ਜਾਓ ਤਾਂ 2000 ਮਿਸ਼ਨ 17 ਬਹੁਜਨ ਸਮਾਜ ਪਾਰਟੀ ਦੇ ਕੰਮ ਵਿੱਚ। ਡੀਵੀ ਨਿਊਜ਼ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਬਾਈ ਸਾਹਿਬ ਆਪਣਾ ਨਾਂ ਕੀ ਹੈ? ਜਸਪਾਲ ਸਿੰਘ, ਐਡਵੋਕੇਟ ਜੀ ਬਹੁਜਨ ਸਮਾਜ ਪਾਰਟੀ ਜੀ। ਮੈਂ ਇੱਥੇ ਵਕੀਲ ਹਾਂ ਜੀ, ਮੈਂ ਬਹੁਜਨ ਸਮਾਜ ਪਾਰਟੀ ਦਾ ਕੱਟੜ ਸਮਰਥਕ ਹਾਂ ਜੀ, 25 ਸਾਲ ਤੋਂ ਬਹੁਜਨ ਸਮਾਜ ਪਾਰਟੀ ਦੀ ਸਮਰਥਨ ਜੁਟਾ ਰਹੇ ਹਾਂ ਜੀ। ਰਵਿੰਦਰ ਸਿੰਘ ਜੈਨ ਬਹੁਜਨ ਸਮਾਜ ਪਾਰਟੀ ਦਾ ਵੱਡੇ ਪੈਮਾਨੇ 'ਤੇ ਜਿੱਤ ਪ੍ਰਾਪਤ ਕਰੇ। ਠੀਕ ਹੈ, ਧੰਨਵਾਦ ਜੀ ਰਵਿੰਦਰ ਜੈਨ ਜੀ, ਥੈਂਕਸ ਟੂ ਆਲ। ਸਾਰਿਆਂ ਦਾ ਧੰਨਵਾਦ ਕਰ ਦਿਓ। ਜਿੰਨੇ ਵੀ ਸਾਡੇ ਬਹੁਜਨ ਸਮਾਜ ਦੇ ਸੀਨੀਅਰ ਆਗੂ ਆਏ ਆ, ਸਰਦਾਰ ਜੋਗਾ ਸਿੰਘ ਪਰੌਂਦੀਆ ਜੀ, ਐਡਵੋਕੇਟ ਜਸਪਾਲ ਸਿੰਘ ਜੀ, ਜੀਵਨ ਜੀ ਛੜਬੜ ਸਾਹਿਬ, ਔਰ ਸਾਡੇ ਰਣਜੋਤ ਸਿੰਘ ਜੀ, ਸਾਧ ਸਿੰਘ ਨੈਣਾ ਜੀ, ਜਿੰਨੇ ਵੀ ਸੀਨੀਅਰ ਲੀਡਰ ਆਏ ਆ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੂਰੇ ਆਉਣ 'ਤੇ। ਹਲਕਾ ਰਾਜਪੁਰ ਦੇ ਰਾਜਪੁਰਾ ਦੇ ਵੋਟਰਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਮੈਨੂੰ ਸਹਿਯੋਗ ਦੇਣ ਔਰ ਭਾਰੀ ਮਤਾਂ ਨਾਲ ਜਿੱਤਾਂ। ਤੁਹਾਡਾ ਚੋਣ ਨਿਸ਼ਾਨ ਕੀ ਹੈ? ਹਾਥੀ ਹੈ ਜੀ, ਹਾਥੀ ਹਾਥੀ ਬਹੁਜਨ ਸਮਾਜ ਪਾਰਟੀ ਦਾ? ਬਿਲਕੁਲ ਹਾਥੀ ਜੀ, ਹਾਥੀ। ਧੰਨਵਾਦ। ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ।